ਅੱਜ 10 ਮੁਹਰਮ ਦਿਲ ਬੜਾ ਸੋਗਵਾਰ ਹੈ, ਮਾਹੌਲ ਵੀ ਬੜਾ ਸੋਗਵਾਰ ਹੈ। ਅੱਜ ਮਾਮਾ ਹੁਸੈਨ ਦੀ ਸ਼ਹਾਦਤ ਦਾ ਦਿਨ ਹੈ। ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਜੋ ਉਹਨਾਂ ਨੂੰ ਮੰਨਣ ਵਾਲੇ ਨੇ ਉਹਨਾਂ ਨੂੰ ਪਤਾ ਹੈ, ਅਗਰ ਉਹ ਨਾ ਹੁੰਦੇ ਤਾਂ ਅੱਜ ਨਾ ਜ਼ਮੀਨ ਹੁੰਦੀ, ਨਾ ਅਸਮਾਨ ਹੁੰਦਾ, ਨਾ ਦੁਨੀਆ ਹੁੰਦੀ, ਕੁਛ ਵੀ ਨਾ ਹੁੰਦਾ। ਜੋ ਅਸੀਂ ਖਾ ਰਹੇ ਹਾਂ ਉਹਨਾਂ ਦਾ ਸਦਕਾ ਖਾ ਰਹੇ ਹਾਂ, ਉਹਨਾਂ ਦਾ ਲੰਗਰ ਖਾ ਰਹੇ ਹਾਂ, ਅਤੇ ਉਹਨਾਂ ਦੀ ਵਜ੍ਹਾ ਤੁਸੀਂ ਅੱਜ ਦੁਨੀਆ 'ਤੇ ਇਸ ਕਾਬਲ ਹਾਂ ਕਿ ਅਸੀਂ ਮੁਸਲਮਾਨ ਖਵਾ ਰਹੇ ਹਾਂ। ਤੁਹਾਨੂੰ ਅਸੀਂ ਇਹ ਵਿਖਾਵਾਂਗੇ ਫੈਸਲ ਟਾਊਨ ਦੇ ਵਿੱਚ ਕਿ ਆਦਿ ਇਨਸਾਨ ਕਿਸ ਤਰ੍ਹਾਂ ਮਨਾਇਆ ਜਾ ਰਿਹਾ। ਸਾਨੂੰ ਇੰਨਾ ਨਹੀਂ ਪਤਾ ਕਿ ਦਿਓਬੰਦੀ ਅਤੇ ਫਿਰਕਿਆਂ ਫੁਰਕਿਆਂ ਦਾ ਨਹੀਂ ਪਤਾ ਹੈ, ਬਸ ਇੰਨਾ ਪਤਾ ਹੈ ਕਿ ਨਬੀ ਦੇ ਆਲ ਨੂੰ ਅਸੀਂ ਮੰਨਣਾ ਹੈ, ਉਹਨਾਂ ਤੋਂ ਸਾਡੇ ਬੱਚੇ ਕੁਰਬਾਨ, ਸਾਡੀ ਮਾਲ ਜਾਨ ਕੁਰਬਾਨ। ਤੁਹਾਨੂੰ ਫੈਸਲ ਟਾਊਨ 'ਚ ਵਿਖਾਵਾਂਗੇ ਕਿ ਮਾਮ ਹੁਸੈਨ ਦੀ ਮੁਹੱਬਤ ਦੇ ਵਿੱਚ ਕਿਸ ਤਰ੍ਹਾਂ ਸ਼ਬੀਲਾਂ ਲਾ ਰਹੇ ਨੇ, ਜੋ ਤਕਸੀਮ ਕਰ ਰਹੇ ਨੇ। ਅੱਲਾਹ ਉਹਨਾਂ ਸਾਰਿਆਂ ਦੇ ਕਬੂਲੋਂ ਮਨਜ਼ੂਰ ਫਰਮਾਏ। ਅਸੀਂ ਕੁਛ ਵੀ ਨਹੀਂ ਦੇ ਸਕਦੇ, ਨਾ ਸਾਡੀ ਇੰਨੀ ਪੁਕਾਤ ਹੈ, ਸਿਰਫ ਉਹਨਾਂ ਦੀ ਮੁਹੱਬਤ ਦਾ ਇਜ਼ਹਾਰ ਹੈ। ਅਤੇ ਅੱਜ ਦਿਲ ਵੀ ਰੋ ਰਿਹਾ, ਅੱਖਾਂ ਵੀ ਰੋ ਰਹੀਆਂ ਨੇ ਉਹਨਾਂ ਦੀ ਯਾਦ ਵਿੱਚ। ਅਗਰ ਤੁਹਾਡੀ ਅੱਖ ਦੀ ਇੱਕ ਪਲਕ ਹੀ ਜ਼ਰਾ ਵੀ ਹੈ ਅੰਦਰੋਂ ਨਮ ਹੋ ਜਾਏਗੀ ਨਾ, ਤਾਂ ਤੁਸੀਂ ਦੋਜ਼ਖ ਤੋਂ ਬਚ ਜਾਓਗੇ। ਉਹਨਾਂ ਦੇ ਕੰਮ 'ਚ ਆਂਸੂ ਬਹਾਉਣੇ ਚਾਹੀਦੇ ਨੇ। ਅਤੇ ਅਸੀਂ ਇਹ ਤੁਹਾਨੂੰ ਨਾਲੇ ਫੈਸਲ ਕਰਾਉਣ ਦੇ ਵਿੱਚ ਵਿਖਾਵਾਂਗੇ ਕਿ ਕਿਸ ਤਰ੍ਹਾਂ ਜ਼ਿਆਦਾ ਸ਼ਾਨ ਬਣਾਇਆ ਜਾ ਰਿਹਾ। ਚਲੋ ਸ਼ੁਰੂ ਕਰਦੇ ਹਾਂ। ਕੌਣ ਗਿਆ ਹੈ? ਬਾਲ ਬੱਚੇ ਹੋ ਅਭੀ ਆਈ
ਇਹਦੇ ਨਾਲ ਹੀ ਆਪਾਂ ਕਾਨੂੰਨ ਬਹੁਤ ਜ਼ਿਆਦਾ ਅੰਦਾਜ਼ ਹੋਇਆ।